ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਅਤੇ ਮੈਂ TV84 ਦੇ ਸਾਰੇ ਦਰਸ਼ਕਾਂ ਦਾ ਨਿੱਘਾ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਅਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਮੇਰੇ ਨਾਲ ਬੈਠੇ ਹੋਏ ਨੇ। ਆਓ ਉਹਨਾਂ ਨੂੰ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ ਜੀ। ਡਾਕਟਰ ਸਾਹਿਬ, ਅੱਜ 18 ਦਸੰਬਰ 2013 4 ਪੋਹ ਨਾਨਕ ਸ਼ਾਹੀ ਸੰਮਤ 545 ਦਾ ਦਿਨ ਹੈ। ਇਸ ਤੋਂ ਪਹਿਲਾਂ ਕਿ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਸਾਡੇ ਦਰਸ਼ਕਾਂ ਨੂੰ ਈਮੇਲ ਅਤੇ ਮੈਸੇਜ ਨਾਲ ਕਰੀਏ, ਤੁਸੀਂ ਅੱਜ ਦਾ ਕੋਈ ਅਹਿਮ ਮੁੱਦਾ ਜਾਂ ਖਾਸ ਖਬਰ ਸਾਡੇ ਦਰਸ਼ਕਾਂ ਨਾਲ ਸਾਂਝੀ ਕਰਨਾ ਚਾਹੁੰਦੇ ਹੋ? ਦੇਖੋ, ਇਸ ਵੇਲੇ ਜਿਹੜਾ ਸਭ ਤੋਂ ਅਹਿਮ ਮੁੱਦਾ ਹਰ ਗੁਰੂ ਨਾਨਕ ਨਾਮ ਲੇਵਾ ਸਿੱਖ ਦੇ ਲਈ ਹੈ, ਦੁਨੀਆ ਭਰ ਜਿੱਥੇ ਵੀ ਕੋਈ ਬੈਠਾ ਹੈ ਜੀ, ਉਹ ਹਰ ਸਾਹ ਭਾਈ ਗੁਰਬਖਸ਼ ਸਿੰਘ ਜੀ ਦੀ ਜਿਹੜੀ ਸਥਿਤੀ ਬਣੀ ਹੋਈ ਹੈ ਉਸ ਨੂੰ ਸਾਹ ਰੋਕ ਕੇ ਉਸ ਨੂੰ ਉਸ ਬਾਰੇ ਪਰੇਸ਼ਾਨ ਹੁੰਦਾ, ਅਰਦਾਸ ਕਰਦਾ ਜੀ। ਅੱਜ ਉਹਨਾਂ ਦੇ ਅਣਮਿੱਥੇ ਸਮੇਂ ਦੇ ਜਿਹੜਾ ਵਰਤ ਹੈ, ਭੁੱਖੜਤਾਲ ਹੈ, ਉਸ ਦਾ 34ਵਾਂ ਦਿਨ ਹੈ ਜੀ। ਉਹਨਾਂ ਦਾ ਭਾਰ ਲਗਾਤਾਰਤਾ ਨਾਲ ਘੱਟ ਰਿਹਾ, ਉਹਨਾਂ ਦਾ ਬਲੱਡ ਪ੍ਰੈਸ਼ਰ ਵੀ ਥੱਲੇ ਨੂੰ ਆ ਰਿਹਾ, ਔਰ ਜਿਵੇਂ ਪਹਿਲਾਂ ਜ਼ਿਕਰ ਕੀਤਾ ਸੀ ਕਿ ਉਹਨਾਂ ਦਾ ਪੋਟਾਸ਼ੀਅਮ ਲੈਵਲ ਕਾਫੀ ਥੱਲੇ ਹੈ ਜੀ। ਅਤੇ ਜਿਹੜੇ ਇਸ ਫੀਲਡ ਦੇ ਮਾਹਰ ਡਾਕਟਰ ਨੇ ਉਹਨਾਂ ਦਾ ਇਹ ਕਹਿਣਾ, ਇੱਕ ਦੋ ਨਾਲ ਮੇਰੀ ਵੀ ਗੱਲਬਾਤ ਹੋਈ, ਕਿ ਬੇਸ਼ੱਕ ਦੇਖਣ ਨੂੰ ਇਸ ਕਿਸਮ ਦੀ ਸਥਿਤੀ ਦੇ ਵਿੱਚੋਂ ਜਿਹੜਾ ਗੁਜ਼ਰ ਰਿਹਾ ਹੁੰਦਾ ਉਹ ਨੋਰਮਲ ਵਰਗਾ ਲੱਗਦਾ, ਉਹਦੇ ਚਿਹਰੇ 'ਤੇ ਥੋੜ੍ਹੀ ਬਹੁਤ ਕਮਜ਼ੋਰੀ ਲੱਗੇਗੀ ਜੀ ਜੀ, ਕਿਉਂਕਿ ਭਾਈ ਗੁਰਬਖਸ਼ ਸਿੰਘ ਵੈਸੇ ਵੀ ਚੜ੍ਹਦੀ ਕਲਾ 'ਚ ਨੇ, ਔਰ ਸਿੱਖ ਦੀ ਚੜ੍ਹਦੀ ਕਲਾ ਉਹਨੂੰ ਹਮੇਸ਼ਾ ਹੀ ਬਾਹਰੋਂ ਵੀ ਉਸ ਦੇ ਦਰਸ਼ਨ ਨੂੰ ਪੂਰੀ ਜਾਓ ਜਲਾਲ ਵਾਲਾ ਬਣਾਉਂਦੀ ਹੈ ਜੀ। ਪਰ ਉਹਨਾਂ ਦਾ ਇਹ ਕਹਿਣਾ ਵੀ ਕੁਦਰਤ ਦੇ ਆਪਣੇ ਅਸੂਲ ਨੇ, ਆਪਣੇ ਕੁਦਰਤ ਦਾ ਇੱਕ ਬਾਡੀ ਦੇ ਅੰਦਰ ਸਿਸਟਮ ਹੈ ਜਿਹੜਾ ਕੰਮ ਕਰਦੇ ਜੀ, ਔਰ ਇਸ ਕਿਸਮ ਦੀ ਸਥਿਤੀ 'ਚ ਕਦੇ ਵੀ ਕੁਛ ਵੀ ਹੋਣ ਦੇ ਚਾਂਸ ਜਿਹੜੇ ਨੇ ਉਹ ਹੋ ਸਕਦੇ ਨੇ। ਉਹਨਾਂ ਨੇ ਕਿਹਾ ਵੀ 30 ਦਿਨਾਂ ਤੱਕ ਤਾਂ ਬਹੁਤ ਵਾਰ ਤੁਸੀਂ ਉਸ ਵਕਤ ਨੂੰ ਜਿਹੜਾ ਉਹ ਗੁਜ਼ਾਰ ਲੈਂਦੇ ਹੋ, 30 ਤੋਂ ਬਾਅਦ ਕਿਸੇ ਵੇਲੇ ਵੀ ਉਹ, ਜਿਹਦੇ 'ਚ ਸਭ ਤੋਂ ਜਿਹੜੀ ਫਿਕਰ ਵਾਲੀ ਗੱਲ ਉਹ ਹਾਰਟ ਕੋਲੈਪਸ ਦੀ ਹੁੰਦੀ ਹੈ, ਉਹ ਕਿਸੇ ਵੇਲੇ ਵੀ ਹੋ ਸਕਦਾ। ਸੋ ਇਹ ਇੱਕ ਇਸ ਵੇਲੇ ਮੁੱਦਾ, ਕੇਂਦਰੀ ਮੁੱਦਾ ਬਣਿਆ ਪੰਥ ਦੇ ਲਈ ਵੀ, ਔਰ ਇਹ ਖੁਸ਼ੀ ਦੀ ਗੱਲ ਹੈ, ਜਿਵੇਂ ਅਸੀਂ ਕੱਲ੍ਹ ਵੀ ਜ਼ਿਕਰ ਕੀਤਾ ਸੀ ਕਿ ਵੱਡੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਹੁੰਮ ਹੁੰਮ ਆ ਕੇ ਉੱਥੇ ਪਹੁੰਚ ਰਹੀਆਂ ਨੇ, ਕਲਾਕਾਰਾਂ ਦੀ ਜਿਹੜੀ ਆਮਦ ਹੈ ਉਹ ਵੀ ਲਗਾਤਾਰਤਾ ਦੇ ਨਾਲ ਜਾਰੀ ਹੈ ਜੀ। ਔਰ ਅੱਜ ਹੀ ਮੇਰੀ ਇੱਕ ਪ੍ਰੋਫੈਸਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ, ਉਹਨਾਂ ਨਾਲ ਗੱਲ ਹੋ ਰਹੀ ਸੀ ਅਤੇ ਉਹ ਦੱਸ ਰਹੇ ਸੀ ਕਿ ਕੱਲ੍ਹ ਜਦੋਂ ਉਹ ਗਏ ਤਾਂ ਬਹੁਤ ਸਾਰੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸਿੱਖ ਵਿਦਿਆਰਥੀ ਅਤੇ ਵਿਦਿਆਰਥਣਾਂ ਵੀ ਉੱਥੇ ਮੌਜੂਦ ਸੀ ਜੀ। ਔਰ ਇਸ ਤੋਂ ਇਲਾਵਾ ਉਹਨਾਂ ਦੀ ਖਾਹਿਸ਼ ਦੇ ਮੁਤਾਬਕ ਭਾਈ ਗੁਰਬਖਸ਼ ਸਿੰਘ ਜੀ ਦੀ ਉਹਨਾਂ ਦਾ ਵਸੀਅਤਨਾਮਾ, ਜਿਹਦੇ 'ਚ ਕਿ ਉਹਨਾਂ ਨੇ ਆਪਣਾ ਸਰੀਰ ਅਕਾਲ ਤਖ਼ਤ ਨੂੰ ਹੀ ਜਿਹੜਾ ਉਹ ਸਮਰਪਿਤ ਕੀਤਾ ਮਰਨ ਤੋਂ ਬਾਅਦ ਵੀ ਜੀ, ਔਰ ਉਹਨਾਂ ਨੇ ਜਥੇਦਾਰ ਨੂੰ ਹੀ ਇਹ ਹੱਕ ਦਿੱਤੇ ਨੇ ਅਕਾਲ ਤਖ਼ਤ ਸਾਹਿਬ ਨੂੰ ਰਾਦਰ, ਕਿ ਉਹ ਜਿਵੇਂ ਚਾਹੁਣ ਇਹਦੀ ਵਰਤੋਂ ਕਰਨ। ਹਾਲਾਂਕਿ ਉਸ ਤੋਂ ਪਹਿਲਾਂ ਇੱਕ ਦਿਨ ਉਹਨਾਂ ਨੇ ਕਾਗਜ਼ੀ ਕਾਰਵਾਈ ਪੂਰੀ ਕੀਤੀ ਹੈ, PGI ਜਿਹੜੀ ਕਿ ਚੰਡੀਗੜ੍ਹ ਪੋਸਟ ਗ੍ਰੈਜੂਏਟ ਇੰਸਟੀਚਿਊਟ ਹੈ ਜੀ, ਉਹਨਾਂ ਦੇ ਡਾਕਟਰਾਂ ਦੇ ਨਾਲ ਜਾਂ ਜਿਹੜੇ ਉਹਨਾਂ ਦੇ ਕੰਸਰਨ ਨੇ ਉਹਨਾਂ ਨੇ ਜਿਹੜਾ ਕਾਗਜ਼ਾਂ ਦੇ ਉੱਤੇ ਦਸਤਖਤ ਕੀਤੇ ਨੇ, ਔਰ ਉਹਨਾਂ ਦੀ ਚਾਹਨਾ ਹੈ ਕਿ ਉਹਨਾਂ ਜੇ ਭਾਣਾ ਵਰਤ ਜਾਂਦਾ ਹੈ ਤਾਂ ਉਸ ਤੋਂ ਬਾਅਦ ਉਹਨਾਂ ਦੇ ਸਰੀਰ ਦਾ ਹਰ ਇੱਕ ਅੰਗ ਜਿਹੜਾ ਉਹ ਇਸਤੇਮਾਲ ਕੀਤਾ ਜਾ ਸਕੇ, ਕੋਈ ਵੀ ਔਰਗਨ ਕਿਤੇ ਵੀ ਟ੍ਰਾਂਸਪਲਾਂਟ ਕਰਨਾ ਜਾਂ ਕਿਸੇ ਫਰਦਰ ਸਟੱਡੀ ਦੇ ਲਈ, ਅਧਿਐਨ ਦੇ ਲਈ ਜਿਹੜਾ ਉਸ ਨੂੰ ਉਹ ਇਸਤੇਮਾਲ ਕਰ ਸਕਦੇ ਨੇ ਜੀ। ਸੋ ਇਸ ਵਸੀਅਤ ਨੂੰ ਲੈ ਕੇ ਇੱਕ ਵੱਡਾ ਜਥਾ ਕਾਫਲੇ ਦੇ ਰੂਪ ਦੇ ਵਿੱਚ ਗੁਰਦੁਆਰਾ ਅੰਬ ਸਾਹਿਬ ਮੋਹਾਲੀ ਤੋਂ ਅਕਾਲ ਤਖ਼ਤ ਸਾਹਿਬ ਪਹੁੰਚਿਆ। ਇਸ ਦੇ ਵਿੱਚ ਸਰ ਸਿਮਰਨਜੀਤ ਸਿੰਘ ਮਾਨ, ਭਾਈ ਬਾਬਾ ਬਲਜੀਤ ਸਿੰਘ ਦਾਦੂਵਾਲ ਅਤੇ ਹੋਰ ਸਿੰਘਾਂ ਦੇ ਤੋਂ ਇਲਾਵਾ ਉਹਨਾਂ ਦੀ ਸਿੰਘਣੀ ਭਾਈ ਗੁਰਬਖਸ਼ ਸਿੰਘ ਜੀ ਦੀ, ਉਹਨਾਂ ਦੀ ਭੈਣ ਜੀ, ਉਹ ਵੀ ਉਸ ਕਾਫਲੇ ਦਾ ਹਿੱਸਾ ਸਨ। ਸੋ ਜਥੇਦਾਰ ਜੀ ਨੇ ਉਸ ਨੂੰ ਰਿਸੀਵ ਕੀਤਾ, ਔਰ ਜਿਵੇਂ ਅਸੀਂ ਲਗਾਤਾਰਤਾ ਨਾਲ, ਇੱਕ ਤਾਂ ਦੋ ਮੂੰਹ ਹੀ ਗੱਲ ਹੁੰਦੀ ਹੈ, ਇੱਕ ਜਿਹਨੂੰ ਮਲਟੀ ਮਾਊਥਡ ਕਹਿੰਦੇ ਨੇ ਅੰਗਰੇਜ਼ੀ 'ਚ, ਕਿ ਇੰਨੇ ਮੂੰਹ ਨੇ। ਹਾਲਾਂਕਿ ਸ਼ੇਸ਼ਨਾਗ ਦਾ ਜਦੋਂ ਇਹ ਹਿੰਦੂ ਮਿਥਿਹਾਸ ਜ਼ਿਕਰ ਹੁੰਦਾ ਹੈ ਤਾਂ ਉਹਦੀਆਂ 10,000 ਕਿ ਕਿੰਨੀਆਂ ਉਹਦੀਆਂ ਜੀਭਾਂ ਦਾ ਜ਼ਿਕਰ ਹੁੰਦਾ, ਪਤਾ ਨਹੀਂ ਕਿਹੜੇ ਕਿਹੜੇ ਪਾਸੇ ਜੀਭਾਂ ਨਿਕਲੀਆਂ ਹੋਈਆਂ ਜੀ। ਅਸੀਂ ਸ਼ੇਸ਼ਨਾਗ ਤਾਂ ਨਹੀਂ ਦੇਖਿਆ, ਪਤਾ ਨਹੀਂ ਹੁੰਦਾ ਕਿ ਨਹੀਂ ਹੁੰਦਾ, ਲੇਕਿਨ ਅਸੀਂ ਇਹ ਆਪਣੇ ਜਥੇਦਾਰ ਅਤੇ ਆਪਣੇ ਲੀਡਰ ਜ਼ਰੂਰ ਦੇਖੇ ਨੇ ਵੀ ਇਹਨਾਂ ਦੇ ਮੂੰਹ ਤਾਂ ਪਤਾ ਨਹੀਂ, ਮੂੰਹ ਤਾਂ ਇੱਕੋ ਹੀ ਨਜ਼ਰ ਆਉਂਦਾ ਦੇਖਣ ਨੂੰ, ਪਰ ਜ਼ਬਾਨਾਂ ਇਹਨਾਂ ਦੀਆਂ ਇੰਨੀਆਂ ਕੁ ਨੇ ਕਿ ਹਰ ਪਲ ਤੁਸੀਂ ਕੋਈ ਨਾ ਕੋਈ ਨਵੀਂ ਗੱਲ ਸੁਣਦੇ ਹੋ ਜਿਹੜੀ ਪਿਛਲੀ ਦੇ ਉਲਟ ਹੁੰਦੀ ਹੈ ਜੀ। ਸੋ ਉਹਨਾਂ ਨੇ ਕਿਹਾ ਜੀ ਇਹ ਭਾਈ ਗੁਰਬਖਸ਼ ਸਿੰਘ ਦਾ ਮਸਲਾ ਜਿਹੜਾ ਇਹ 2-3 ਦਿਨਾਂ ਦੇ ਵਿੱਚ ਹੱਲ ਕਰ ਲਿਆ ਜਾਏਗਾ, ਅਸੀਂ ਕਰ ਰਹੇ ਹਾਂ ਕੋਸ਼ਿਸ਼। ਸੋ ਇਸ ਤੋਂ ਇਲਾਵਾ ਅਸੀਂ ਦੇਖਦੇ ਹਾਂ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ
ਜਿਹਦੇ ਉੱਤੇ ਬਾਦਲਾਂ ਦਾ ਹੀ ਕੰਟਰੋਲ ਹੈ, ਉਹਨਾਂ ਦਾ ਇੱਕ ਪੂਰਾ ਡੈਲੀਗੇਸ਼ਨ 5 ਮੈਂਬਰਾਂ ਦਾ ਉਹ ਆ ਕੇ ਮਿਲਿਆ ਜੀ ਉਹਨਾਂ ਨੂੰ, ਭਾਈ ਸਾਹਿਬ ਨੂੰ, ਔਰ ਉਹਨਾਂ ਨੇ ਜਦੋਂ ਰੋਸ ਕੀਤਾ ਕਿ ਵੀ ਤੁਸੀਂ ਕਿੱਥੇ ਸੀ ਇੰਨੇ ਦਿਨ, ਅਵਤਾਰ ਸਿੰਘ ਹਿੱਤੋ ਦਾ ਲੀਡਰ ਹੈ ਔਰ ਜਰਨੈਲ ਸਿੰਘ ਪੱਤਰਕਾਰ ਵੀ ਉਸ ਵਿੱਚ ਸ਼ਾਮਿਲ ਸਨ ਜੀ, ਸੋ ਉਹਨਾਂ ਨੇ ਕਿਹਾ ਜੀ ਹਾਂ ਸਾਡੀ ਗਲਤੀ ਹੈ ਪਰ ਅਸੀਂ ਹੁਣ ਇਸ ਮੁੱਦੇ ਦੇ ਉੱਤੇ ਕੁਛ ਨਾ ਕੁਛ ਜਿਹੜੇ ਆ ਨਤੀਜੇ ਦਿਖਾਵਾਂਗੇ। ਔਰ ਉਹ ਦੁਮਛੱਲਾ ਮਨਜੀਤ ਸਿੰਘ ਜੀਕੇ ਜਿਹੜਾ ਬਾਹਰ ਜਦੋਂ ਯੂਰਪ 'ਚ ਆਇਆ ਅਤੇ ਉਹਨੇ ਕਿਹਾ ਕਿ ਜੀ ਇਹ ਜਿਹੜਾ ਸੰਤਾਂ ਨੇ ਕਦੇ ਖਾਲਿਸਤਾਨ ਕਿਹਾ ਹੀ ਨਹੀਂ ਸੀ, ਉਹ ਮਨਜੀਤ ਸਿੰਘ ਉਹਦਾ ਬਿਆਨ ਆਇਆ ਕਿ ਜੀ 2 ਹਫ਼ਤੇ ਦੇ ਵਿੱਚ ਵਿੱਚ ਇਸ ਮਸਲੇ ਨੂੰ ਹੱਲ ਕਰ ਲਿਆ ਜਾਏਗਾ। ਜਦੋਂ ਅਸੀਂ ਬਿਆਨਾਂ ਦੇ ਸਿਲਸਿਲੇ 'ਚ ਦੇਖਦੇ ਹਾਂ ਤਾਂ ਦਿੱਲੀ ਦੇ ਪ੍ਰਸਿੱਧ ਐਡਵੋਕੇਟ ਸਰਦਾਰ ਫੂਲਕਾ ਜਿਨ੍ਹਾਂ ਨੇ ਨਵੰਬਰ 84 ਦੇ ਕੇਸਾਂ ਨੂੰ ਬੜੀ ਲਗਾਤਾਰਤਾ ਦੇ ਨਾਲ ਲੜਿਆ, ਅਜੇ ਵੀ ਲੜ ਰਹੇ ਨੇ, ਉਹਨਾਂ ਨੇ ਕਿਹਾ ਕਿ ਜੀ ਅਸੀਂ ਕੁਲਦੀਪ ਨਈਅਰ ਔਰ ਫਲਾਂ ਸੁਪਰੀਮ ਕੋਰਟ ਦਾ ਵਕੀਲ 2-3 ਵੱਡੇ ਵੱਡੇ ਨਾਂ ਲਏ ਨੇ, ਉਹਨਾਂ ਰਾਹੀਂ ਅਸੀਂ ਜਿਹੜਾ ਇਸ ਕੇਸ ਨੂੰ ਹਾਈਲਾਈਟ ਕਰਾਂਗੇ ਔਰ ਇਸ ਗੱਲ ਨੂੰ ਯਕੀਨੀ ਬਣਾਵਾਂਗੇ ਕਿ ਜੇਲ੍ਹਾਂ ਦੇ ਵਿੱਚ ਬੰਦ ਜਿਹੜੇ ਸਿੰਘ ਨੇ ਉਹਨਾਂ ਦੀ ਰਿਹਾਈ ਸੰਭਵ ਹੋ ਸਕੇ। ਅਤੇ ਪੰਜਾਬ ਦੇ ਵੱਡੇ ਨਾਰਦਮੁਣੀ ਪ੍ਰਕਾਸ਼ ਸਿੰਘ ਬਾਦਲ ਜਿਹਨੇ ਅੱਖਾਂ ਦੇ ਉੱਤੇ ਵੀ ਖੋਪੇ ਪਾਏ ਹੋਏ ਨੇ, ਕੰਨਾਂ 'ਚ ਵੀ ਬੁੱਝੇ ਦਿੱਤੇ ਹੋਏ ਸੀ, ਮੂੰਹ 'ਤੇ ਤਾਂ ਪਤਾ ਨਹੀਂ ਉਹਨੂੰ ਸੀਣਾ ਕਹਿੰਦੇ ਨੇ ਜਾਂ ਮੂੰਹ ਦੇ ਉੱਤੇ, ਉਹ ਮੈਨੂੰ ਯਾਦ ਹੈ ਵੀ ਹੁੰਦਾ ਪਤਾ ਨਹੀਂ, ਪੋਸਟ ਆਫਿਸਿਸ ਦੇ ਵਿੱਚ ਇੱਕ ਜ਼ਮਾਨਾ ਹੁੰਦਾ ਸੀ ਕਿ ਲਿਫਾਫੇ ਬੰਦ ਕਰਨ ਦੇ ਲਈ ਉਹ ਲਾਕ ਜਿਹੜੀ ਉਹ ਇਸਤੇਮਾਲ ਹੁੰਦੀ ਸੀ ਰੈੱਡ ਰੰਗ ਦੀ, ਉਹਨੂੰ ਅੱਗ 'ਚ ਗਰਮ ਕਰਦੇ ਸੀ ਅਤੇ ਉਹਦੇ ਨਾਲ ਲਿਫਾਫੇ ਬੰਦ ਹੁੰਦੇ ਸੀ ਜਿਹੜੇ ਖਾਸ ਤੌਰ 'ਤੇ ਪਾਰਸਲ ਵਗੈਰਾ, ਅਤੇ ਉਹਨੂੰ ਲਾਕ ਹੀ ਕਹਿੰਦੇ ਸੀ, ਮੈਨੂੰ ਹੁਣ ਯਾਦ ਨਹੀਂ ਉਹਦਾ ਕੋਈ ਹੋਰ ਅੰਗਰੇਜ਼ੀ ਨਾਂ ਕੀ ਹੈ। ਸੋ ਉਹਦੇ ਨਾਲ ਕਈ ਵਾਰੀ ਉਹ ਲਿਫਾਫੇ ਖੁੱਲ੍ਹਦੇ ਹੀ ਨਹੀਂ ਸੀ। ਸੋ ਬਾਦਲ ਨੇ ਹੁਣ ਤੱਕ ਤਾਂ ਮੂੰਹ 'ਤੇ ਲਾਕ ਲਾਈ ਹੋਈ ਸੀ, ਕੰਨਾਂ 'ਚ ਬੁੱਝੇ ਦਿੱਤੇ ਹੋਏ ਸੀ, ਅੱਖਾਂ 'ਤੇ ਖੋਪੇ ਸੀ, ਅਤੇ ਹੁਣ ਲੁਧਿਆਣੇ ਦੀ ਇੱਕ ਜਿਹੜੀ ਹੈ ਮੀਟਿੰਗ ਦੇ ਵਿੱਚ ਉਹਨੇ ਕਿਹਾ ਕਿ ਜੀ ਇਸ ਕੇਸ ਨੂੰ ਅਸੀਂ ਲਵਾਂਗੇ, ਮੈਂ ਕਿਉਂਕਿ ਬੇਸ਼ੱਕ ਬਹੁਤ ਸਾਰੇ ਉਹਨਾਂ 'ਚੋਂ ਪੰਜਾਬ ਦੀਆਂ ਜੇਲ੍ਹਾਂ 'ਚ ਨੇ, ਸ਼ਾਇਦ ਉਹ ਬੜੈਲ ਦਾ ਜ਼ਿਕਰ ਕਰਦੇ ਨੇ ਤਿੰਨਾਂ ਸਿੰਘਾਂ ਦੇ, ਜਾਂ ਜਿਹੜੇ ਗੁਜਰਾਤ ਤੋਂ ਭਾਈ ਲਾਲ ਸਿੰਘ ਨੇ ਉਹ ਵੀ ਨਾਭਾ ਜੇਲ੍ਹ 'ਚ ਨੇ, ਅਤੇ ਅਸੀਂ ਵੱਖ ਵੱਖ ਸਟੇਟਾਂ ਦੇ ਨਾਲ ਇਸ ਕੇਸ ਨੂੰ ਉਠਾਵਾਂਗੇ ਔਰ ਇਸ ਦਾ ਹੱਲ ਕਰਾਂਗੇ। ਸੋ ਇਹ 34 ਦਿਨਾਂ ਬਾਅਦ ਇਸ ਨਾਰਦਮੁਣੀ ਦੀ ਔਲਾਦ ਦਾ ਮੂੰਹ ਖੁੱਲ੍ਹਿਆ, ਲਾਖ 'ਚੋਂ ਉਹਨੇ ਮੂੰਹ ਬਾਹਰ ਕੱਢਿਆ ਜੀ। ਸੋ ਇਸ ਤੋਂ ਇਲਾਵਾ ਜਿਹੜਾ ਕੁੱਲ ਮਿਲਾ ਕੇ ਸਿੱਖ ਸੰਗਤ ਦੇ ਵਿੱਚ ਇਸ ਮੁੱਦੇ ਦੇ ਉੱਤੇ ਚੇਤਨੇ ਜੀ, ਬਾਹਰਲੇ ਮੁਲਕਾਂ ਦੇ ਹਵਾਲੇ ਨਾਲ ਸਾਰਾ ਦਿਨ ਫੋਨ ਵੱਜਦਾ ਔਰ ਹਰ ਥਾਂ 'ਤੇ ਕਿਤੇ ਨਾ ਕਿਤੇ ਕੋਈ ਨਾ ਕੋਈ ਐਕਟੀਵਿਟੀ ਜਿਹੜੀ ਹੈ ਉਸ ਦੀ ਖਬਰ ਹੁੰਦੀ ਹੈ ਕਿ ਆਹ ਕਰ ਰਹੇ ਹਾਂ ਅਸੀਂ, ਇੱਥੋਂ ਤੱਕ ਕਿਤੇ ਪ੍ਰੋਟੈਸਟ ਲਗਾਤਾਰ ਜਾਰੀ ਨੇ ਜੀ। ਅੱਜ ਵੀ ਸ਼ਿਕਾਗੋ 'ਚ ਇੰਡੀਅਨ ਕੌਂਸਲੇਟ ਦੇ ਬਾਹਰ ਪ੍ਰੋਟੈਸਟ ਸੀ। ਇਸ ਤੋਂ ਇਲਾਵਾ ਟੋਰਾਂਟੋ ਦੇ ਵਿੱਚ ਅੱਜ ਫਿਰ ਉਹਨਾਂ ਨੇ ਇੱਕ ਫੋਲੋਅਪ ਮੀਟਿੰਗ ਰੱਖੀ ਹੋਈ ਹੈ ਵੀ ਇਸ ਬਾਰੇ ਅੱਗੇ ਕੀ ਕਰਨਾ ਹੈ। ਯੂਰਪ ਦੇ ਵਿੱਚ ਪੂਰਾ ਇਸ ਦੇ ਉੱਤੇ ਇੱਕ ਅਵੇਅਰਨੈਸ ਕੈਂਪੇਨ ਹੈ। ਸੋ ਅਸੀਂ ਇਹੀ ਸਤਿਗੁਰੂ ਦੇ ਚਰਨਾਂ 'ਚ ਅਰਦਾਸ ਕਰਦੇ ਹਾਂ ਕਿ ਮਹਾਰਾਜ ਹਿੰਮਤ ਦੇਣ, ਜਿੱਥੇ ਸਰ ਗੁਰਬਖਸ਼ ਸਿੰਘ ਆਪਣੀ ਦ੍ਰਿੜਤਾ ਦੇ ਲਈ ਇਤਿਹਾਸ ਦੇ ਵਿੱਚ ਪਹਿਲਾਂ ਹੀ ਥਾਂ ਬਣਾ ਚੁੱਕੇ ਨੇ। ਹਾਂ, ਇੱਕ ਇਹਦੇ 'ਚ ਜ਼ਰੂਰ ਵਿਚਾਰ ਉੱਭਰ ਰਿਹਾ, ਮੇਰੇ ਤੱਕ ਵੀ ਪੰਜਾਬ ਤੋਂ ਵੀ ਪਹੁੰਚ ਕੀਤੀ ਹੈ, ਇੱਥੋਂ ਵੀ ਕੰਸਰਨਡ ਵੀਰਾਂ ਨੇ, ਸ਼ਾਇਦ ਮੈਂ ਉਹਦਾ ਪਾਸਿੰਗ ਰੈਫਰੈਂਸ ਅੱਗੇ ਵੀ ਦਿੱਤਾ ਸੀ। ਮੈਨੂੰ ਇੱਕ ਸੱਜਣ ਅੱਜ ਜਿਹੜੇ ਪੰਜਾਬ ਤੋਂ ਕਾਫੀ ਸਾਰੇ 'ਚ ਇਨਵੋਲਵ ਨੇ, ਉਹ ਕਹਿਣ ਲੱਗੇ ਜੀ ਦੇਖੋ ਹੁਣ ਉਹਨਾਂ ਨੇ ਆਪਣੀ ਦ੍ਰਿੜਤਾ ਦਿਖਾ ਦਿੱਤੀ ਹੈ ਭਾਈ ਗੁਰਬਖਸ਼ ਸਿੰਘ ਜੀ ਨੇ ਜੀ, ਔਰ ਇਹ ਹੁੰਦਾ ਹੁਣ ਕੌਮ ਦਾ ਫਰਜ਼ ਬਣਦਾ ਕਿ ਕੌਮ ਇਕੱਠੇ ਹੋ ਕੇ ਉਹਨਾਂ ਨੂੰ ਹੁਕਮ ਕਰੇ ਕਿ ਵੀ ਉਹ ਵਰਤ ਛੱਡ ਦੇਣ ਜੀ, ਔਰ ਉਸ ਤੋਂ ਬਾਅਦ ਜਿਹੜਾ ਉਹ ਘਰ ਘਰ ਜਾ ਕੇ ਪ੍ਰਚਾਰ ਕਰਨ ਸਿੱਖੀ ਦਾ ਜੀ। ਅਤੇ ਮੈਂ ਉਹਨਾਂ ਨੂੰ ਕਿਹਾ ਜੀ ਗੱਲ ਜੇ ਤਾਂ ਭਾਈ ਗੁਰਬਖਸ਼ ਸਿੰਘ ਹੋਰਾਂ ਦੀ ਸਿਦਕ ਦਿਲੀ ਜਾਂ ਉਹਨਾਂ ਦੀ ਜਿਹੜੀ ਹੈ ਸਿਹਤਯਾਬੀ ਦੀ ਗੱਲ ਹੈ ਅਤੇ ਸਾਡੇ ਜਜ਼ਬਾਤ ਤੁਹਾਡੇ ਨਾਲੋਂ ਵੱਖਰੇ ਨਹੀਂ ਨੇ, ਪਰ ਮੈਂ ਕਿਹਾ ਵੀ ਤੁਸੀਂ ਆਪਣੀ ਕੌਮ ਨੂੰ ਸ਼ਾਇਦ ਇੰਨੀ ਚੰਗੀ ਤਰ੍ਹਾਂ ਨਹੀਂ ਜਾਣਦੇ ਜੀ। ਮੈਂ ਕਿਹਾ ਸ਼ਾਇਦ ਜਾਣਦੇ ਤਾਂ ਅਸੀਂ ਵੀ ਨਹੀਂ, ਉਨੇ ਕੀ ਜਾਣਦੇ ਹਾਂ, ਪਰ ਇਤਿਹਾਸ ਦੇ ਰਾਹੀਂ ਕਈ ਵਾਰੀ ਤੁਸੀਂ ਕਈ ਸਬਕ ਸਿੱਖੇ ਹੁੰਦੇ ਨੇ। ਔਰ ਮੈਂ ਉਹਨਾਂ ਨੂੰ ਉਦਾਹਰਣ ਦਿੱਤੀ, ਮੈਂ ਕਿਹਾ ਜੀ ਮਾਸ ਤਾਰਾ ਸਿੰਘ ਨੇ 1960 ਦੇ ਵਿੱਚ ਪੰਜਾਬੀ ਸੂਬੇ ਦੇ ਲਈ ਮਰਨ ਵਰਤ ਰੱਖਿਆ ਸੀ, 44 ਦਿਨ ਉਹਨਾਂ ਨੇ ਇਹ ਵਰਤ ਚਲਾਇਆ, ਔਰ ਜਿੰਨੀ ਚਰਚਾ ਉਸ ਵਰਤ ਦੇ ਦੌਰਾਨ ਅੰਤਰਰਾਸ਼ਟਰੀ ਤੌਰ 'ਤੇ ਪੰਜਾਬੀ ਸੂਬੇ ਦੀ ਹੋਈ, ਪੰਜਾਬੀ ਸੂਬੇ ਦੀ ਇਸ ਗੱਲ ਨੂੰ ਕਵਰ ਕਰਨ ਲਈ ਉਹਨਾਂ ਜ਼ਮਾਨਿਆਂ 'ਚ ਜਦੋਂ ਕਿ ਅੱਜ ਵਾਂਗ ਮੀਡੀਆ ਨਹੀਂ ਸੀ, ਇੰਗਲੈਂਡ ਅਮੈਰੀਕਾ ਦੇ ਵੱਡੇ ਵੱਡੇ ਪੱਤਰਕਾਰ, ਭਾਰਤ ਭਰ ਦੇ ਵਿੱਚ ਰੌਲਾ, ਵੱਡੇ ਵੱਡੇ ਰਾਸ਼ਟਰੀ ਲੀਡਰ ਉਹਨਾਂ ਜ਼ਮਾਨਿਆਂ 'ਚ
ਉਹ ਜੈ ਪ੍ਰਕਾਸ਼ ਨਾਰਾਇਣ ਹੋਏ, ਵਿਨੋਬਾ ਭਾਵੇ ਹੋਏ, ਇਸ ਕਿਸਮ ਦੇ ਹਮਦਰਦੀ ਰੱਖਦੇ ਸਨ ਅਕਾਲੀਆਂ ਨਾਲ, ਕਿਉਂਕਿ 47 ਤੋਂ ਪਹਿਲਾਂ ਦੀ ਉਹਨਾਂ ਨੇ ਸਿੱਖਾਂ ਦੀ ਕੁਰਬਾਨੀ ਦੇਖੀ ਹੋਈ ਸੀ। ਨਹਿਰੂ ਦੀ ਤਰ੍ਹਾਂ ਉਹ ਬੇਈਮਾਨ ਨਹੀਂ ਸੀ ਟੋਟਲੀ, ਭਾਵੇਂ ਉਹਨਾਂ ਦੇ ਹੱਥ ਵਸ ਬਹੁਤਾ ਕੁਛ ਨਹੀਂ ਸੀ। ਸੋ ਉਸ ਸਾਰੇ ਚੋਂ ਜਿਹੜੀ ਖਾਸ ਤੌਰ 'ਤੇ ਕਿਸੇ ਮੁੱਦੇ 'ਤੇ ਜੇ ਫੋਕਸ ਕਰਾਉਣ ਦੀ ਗੱਲ ਹੁੰਦੀ ਹੈ, ਜਿਵੇਂ ਅੱਜ ਭਾਈ ਗੁਰਬਖਸ਼ ਸਿੰਘ ਹੋਰਾਂ ਨੇ ਫੋਕਸ ਕਰਵਾਇਆ ਬੰਦੀਆਂ ਦੇ ਉੱਤੇ ਕਿ ਇਹਨਾਂ ਦੀ ਰਿਹਾਈ ਸੰਭਵ ਹੋਏ, ਸੋ ਮੈਂ ਕਿਹਾ ਵੀ ਅਖੀਰ ਉਹਨਾਂ ਨੂੰ ਮਸਤਾਰਾ ਸਿੰਘ ਨੂੰ ਅਕਾਲੀ ਦਲ ਦੀ ਵਰਕਿੰਗ ਕਮੇਟੀ ਨੇ ਜਿਹੜਾ ਮਤਾ ਕਰਕੇ ਕਿ ਭਾਈ ਨਹਿਰੂ ਇਹ ਮੰਨ ਗਏ ਕਿ ਅਸੀਂ ਇੱਕ ਕਮਿਸ਼ਨ ਬਣਾਵਾਂਗੇ, ਉਹ ਕਮਿਸ਼ਨ ਪੰਜਾਬੀ ਸੂਬੇ ਦੀ ਕਾਇਮੀ ਸੰਬੰਧੀ ਗੱਲਬਾਤ ਕਰੇਗਾ, ਸਿੱਖਾਂ ਨਾਲ ਵਿਤਕਰੇ ਦਾ ਜਿਹੜਾ ਅਕਾਲੀਆਂ ਦਾ ਦੋਸ਼ ਸੀ ਇਹਦੇ ਬਾਰੇ ਵੀ ਇੱਕ ਆਜ਼ਾਦਾਨਾ 3 ਮੈਂਬਰੀ ਕਮਿਸ਼ਨ ਬਣਾਇਆ ਜਾਏਗਾ, ਉਹਦੇ ਮੈਂਬਰ ਵੀ ਜਿਹੜੇ ਨੇ ਉਹ ਮਾਸਟਰ ਜੀ ਦੀ ਮਰਜ਼ੀ ਨਾਲ ਲਏ ਜਾਣਗੇ। ਸੋ ਇਸ ਤਰ੍ਹਾਂ ਦੀਆਂ ਉਹਨਾਂ ਨੇ ਜਿਹੜੀਆਂ ਕੋਈ ਔਫਰਸ ਆਈਆਂ ਸੈਂਟਰ ਵੱਲੋਂ, ਉਹਨਾਂ ਦੇ ਬਿਨਾਂ 'ਤੇ ਮਸਤਾਰਾ ਸਿੰਘ ਨੂੰ ਉਹਨਾਂ ਨੇ ਵਰਤ ਛੱਡਣ ਦੀ ਅਪੀਲ ਕੀਤੀ। ਔਰ ਮਸਤਾਰਾ ਸਿੰਘ ਨੇ 94 ਜਾਂ 45 ਦਿਨ, ਮੈਨੂੰ ਐਗਜੈਕਟ ਯਾਦ ਨਹੀਂ ਹੈ, ਆਪਣਾ ਵਰਤ ਛੱਡ ਦਿੱਤਾ। ਹੁਣ ਮਾਸਟਰ ਤਾਰਾ ਸਿੰਘ 40 ਸਾਲ ਤੋਂ ਜ਼ਿਆਦਾ ਸਮਾਂ ਸਿੱਖਾਂ ਦੇ ਜਿਹੜੇ ਨੇ ਸਰਵੇ ਸਰਵਾ ਰਹੇ ਸਿਆਸੀ ਪਿੜ ਦੇ ਵਿੱਚ, ਇਹਦੇ ਬਾਵਜੂਦ 47 ਦਾ ਦੌਰ ਸਾਡੇ ਸਾਹਮਣੇ ਆ, ਜਿਹਦੇ ਲਈ ਅਸੀਂ ਹਮੇਸ਼ਾ ਹੀ ਇਹ ਸਮਝਦੇ ਹਾਂ ਵੀ ਉਸ ਦੌਰ ਦੀ ਜਿਹੜੀ ਲੀਡਰਸ਼ਿਪ ਹੈ ਉਹ ਨਹਿਰੂ ਔਰ ਕਾਇਦੇ ਆਜ਼ਮ ਜਿਨ੍ਹਾਂ ਦੇ ਹਾਣ ਦੀ ਨਹੀਂ ਸੀ, ਮਾਸਟਰ ਤਾਰਾ ਸਿੰਘ, ਗਿਆਨੀ ਕਰਤਾਰ ਸਿੰਘ, ਬਲਦੇਵ ਸਿੰਘ, ਔਰ ਉਦੋਂ ਦੀ ਕੀਤੀ ਗਲਤੀ ਅੱਜ ਵੀ ਸਾਨੂੰ ਜਿਹੜੀ ਹੈ ਉਹ ਉਸ ਗੁਲਾਮੀ ਦੇ ਸੰਗਲਾਂ ਨੂੰ ਤੋੜਨ ਦੇ ਲਈ ਫਿਰ ਕੁਰਬਾਨੀਆਂ ਦੀ ਆਵਾਜ਼ ਬਾਰ ਬਾਰ ਮਾਰ ਰਹੀ। ਲੇਕਿਨ ਉਹ ਵੀ ਕੌਮ ਨੇ ਇਗਨੋਰ ਕਰ ਦਿੱਤਾ ਸੀ, ਕਦੇ ਸਿੱਖਾਂ 'ਚ ਇਹ ਤਾਂ ਨਹੀਂ ਹੋਇਆ ਕਿ ਜੋ ਗਲਤ ਫੈਸਲਾ ਸੀ, ਇਹ ਤਾਂ 84 ਤੋਂ ਬਾਅਦ ਗੱਲ ਹੋਣ ਲੱਗੀ। ਲੇਕਿਨ ਇਸ ਵਰਤ ਦਾ ਛੱਡਣਾ ਜਿਹੜਾ ਸੀ ਉਹ ਮਾਸਟਰ ਤਾਰਾ ਸਿੰਘ ਦਾ 40 ਸਾਲ ਦਾ ਕੈਰੀਅਰ ਜਿਹੜਾ ਸਿੱਖ ਕੌਮ ਦੇ ਵਿੱਚ ਸੀ, ਪੋਲੀਟੀਕਲ ਕੈਰੀਅਰ, ਉਹਦਾ ਐਂਡ ਕਰ ਦਿੱਤਾ ਉਸਨੇ ਕਿ ਜੀ ਅਰਦਾਸ ਕਰਕੇ ਤੋੜੀ ਹੈ। ਔਰ ਮੈਂ ਕਿਹਾ ਬਾਅਦ ਦੇ ਵਿੱਚ ਈਵਨ ਜਥੇਦਾਰ ਅੱਛਰ ਸਿੰਘ ਅਕਾਲ ਤਖਤ ਦੇ ਜਥੇਦਾਰ ਸੀ, ਉਹਨਾਂ ਨੇ ਜਿਹੜਾ ਉਹ ਪੰਜ ਸਿੰਘ ਸਾਹਿਬਾਨ ਦਾ ਕਰਕੇ ਤਨਖਾਹ ਵੀ ਲਾਈ, ਮਾਸਟਰ ਤਾਰਾ ਸਿੰਘ ਨੂੰ ਤਨਖਾਹ ਲਾਈ ਜੁੱਤੀਆਂ ਸਾਫ਼ ਕਰਨ ਦੀ, ਸਾਰੀ ਵਰਕਿੰਗ ਕਮੇਟੀ ਨੂੰ ਲਾਈ ਕਿ ਜੀ ਤੁਸੀਂ ਅਰਦਾਸ ਦਾ ਜਿਹੜੀ ਹੈ ਉਹ ਅਰਦਾਸ ਪੰਜਾਬੀ ਸੂਬੇ ਦੀ ਸੀ ਅਤੇ ਤੁਸੀਂ ਆ ਕਮਿਸ਼ਨ 'ਤੇ ਦੂਜਾ ਮੰਨ ਕੇ ਛੱਡ ਦਿੱਤੀ। ਸੋ ਮੈਂ ਉਹਨਾਂ ਨੂੰ ਕਿਹਾ ਵੀ ਉਦੋਂ ਵੀ ਜਿਵੇਂ ਅੱਜ ਵੈਲ ਵਿਸ਼ਰ ਨੇ ਉਹ ਮਾਸਟਰ ਤਾਰਾ ਸਿੰਘ ਜੀ ਨੂੰ ਜਾ ਕੇ ਇਹੀ ਕਹਿੰਦਾ ਸੀ ਤੁਹਾਡਾ ਮਕਸਦ ਪੂਰਾ ਹੋ ਗਿਆ ਜੀ, ਪੰਜਾਬੀ ਸੂਬੇ ਦਾ ਜ਼ਿਕਰ ਦੁਨੀਆ ਭਰ 'ਚ ਹੈ, ਨਹਿਰੂ ਨੂੰ ਵਕਤ ਪਿਆ ਹੋਇਆ, ਸਿੱਖ ਸਾਰੇ ਇਕੱਠੇ ਹੋ ਗਏ ਨੇ, ਹੁਣ ਤੁਹਾਡੀ ਜਾਨ, ਤੁਸੀਂ ਇੰਨੀ ਉਮਰ ਜਿਹੜੀ ਹੈ ਉਹ ਪੰਥ ਲਈ ਲਾਈ ਹੈ, ਤੁਹਾਡੀ ਜਾਨ ਬੜੀ ਕੀਮਤੀ ਹੈ ਜੀ। ਲੇਕਿਨ ਉਸ ਵਰਤ ਦੇ ਛੱਡਣ ਨੇ ਮਾਸਟਰ ਤਾਰਾ ਸਿੰਘ ਨੂੰ ਜਿਹੜਾ ਹੈ ਉਹ ਕੌਡੀਓਂ ਖੋਟੇ ਕਰ ਦਿੱਤਾ। ਸੋ ਮੈਂ ਕਿਹਾ ਜੀ ਇਹੀ ਜਿਹੜੇ ਅੱਜ ਇਹ ਕਹਿ ਰਹੇ ਨੇ ਕਿ ਭਾਵੇਂ ਉਹ ਵੈਲਵਿਸ਼ਰ ਵੀ ਉਹਨਾਂ 'ਚ ਨੇ ਪਰ ਜ਼ਿਆਦਾ ਗਿਣਤੀ ਵਾਲੇ, ਉਹਨਾਂ ਨੇ ਕਹਿਣ ਜੀ ਸਾਨੂੰ ਤਾਂ ਪਹਿਲਾਂ ਹੀ ਪਤਾ ਸੀ ਜੀ ਜੀ ਇਹ ਫਰੋਡ ਹੈ, ਆਹ ਮੱਕੜ ਨੇ ਕਿਤੇ ਕੋਈ ਸਟੇਟਮੈਂਟ ਦਿੱਤੀ ਹੈ ਜੀ, ਇਹ ਤਾਂ ਕੜਾਹ ਖਾਂਦੇ ਨੇ ਇਸ ਕਿਸਮ ਦਾ ਘਟੀਆ, ਕਿਉਂਕਿ ਭਾਈ ਗੁਰਬਖਸ਼ ਸਿੰਘ ਨੇ ਰਿਸਪੋਂਡ ਕੀਤਾ ਇਹਦੇ ਤਾਂ ਜ਼ਰੂਰ ਕਿਹਾ ਹੋਣਾ ਉਹਨੇ। ਸੋ ਜਦੋਂ ਅਸੀਂ ਇਸ ਕਿਸਮ ਦੀ ਗੱਲ ਦੇਖਦੇ ਹਾਂ, ਫਿਰ ਮੈਂ ਉਹਨਾਂ ਨੂੰ ਦੂਸਰਾ ਕਿਹਾ, ਮੈਂ ਕਿਹਾ ਜੀ ਹੁਣ ਇਹ ਠੀਕ ਹੈ ਵੀ ਇੱਕ ਸਿੱਖਾਂ ਦੇ ਗਰੁੱਪ ਨੇ ਸੰਤਾਂ ਦੇ ਚੜ੍ਹਦੀ ਕਲਾ 'ਚ ਹੋਣ ਦੀ ਗੱਲ ਜਾਰੀ ਰੱਖੀ, ਅੱਜ ਵੀ ਅਸੀਂ ਕਵਿਤਾਵਾਂ ਵੀ ਪੜ੍ਹਦੇ ਹਾਂ ਕਾਸ਼ ਪਿੰਡਰਾਂ ਵਾਲੇ ਹੁੰਦੇ ਕਾਸ਼ ਪਿੰਡਰਾਂ ਵਾਲੇ ਆ ਜਾਣ, ਪਰ ਮੈਂ ਕਿਹਾ ਜੀ ਇਮੈਜਿਨ ਕਰੋ ਕਿ ਜੇ ਜੂਨ ਦੇ ਪਹਿਲੇ ਹਫ਼ਤੇ ਪਿੰਡਰਾਂ ਵਾਲੇ ਭਾਵੇਂ ਜਿੰਨੀ ਮਰਜ਼ੀ ਲੜਾਈ ਦੇ ਚੁੱਕੇ ਸੀ ਉਹ ਨਿਕਲ ਜਾਂਦੇ ਸੇਫਲੀ, ਅਤੇ ਮੈਂ ਕਿਹਾ ਜੀ ਕੀ ਤੁਸੀਂ ਸੋਚਦੇ ਹੋ ਵੀ ਉਹਨਾਂ ਦਾ ਹਾਲ ਲੌਂਗੋਵਾਲ ਨਾਲੋਂ ਡਿਫਰੈਂਟ ਕਰਨਾ ਸੀ ਸਿੱਖਾਂ ਨੂੰ? ਜੀ ਜੀ, ਭਾਵੇਂ ਅਸੀਂ ਕਹੀ ਜਾਈਏ ਕਿ ਜੀ ਜੇ ਨਿਕਲ ਜਾਂਦੇ ਤਾਂ ਫਿਰ ਉਹ ਪੰਥ ਨੂੰ ਅਗਵਾਈ ਦਿੰਦੇ। ਸੋ ਮੈਂ ਕਿਹਾ ਕਿ ਵੀ ਇਹ ਪਹਿਲੀ ਗੱਲ ਤਾਂ ਇਸ ਕਿਸਮ ਦੇ ਮੁੱਦੇ ਦੇ ਉੱਤੇ ਜਦੋਂ ਵੀ ਕੋਈ ਗੱਲ ਸਾਹਮਣੇ ਇੱਕ ਫੋਕਸ ਬਣ ਜਾਂਦਾ, ਇੱਕ ਹਾਈਪ ਨਾ ਵੀ ਕਿਹਾ ਜਾਏ ਇਸ ਸ਼ਬਦ ਨੂੰ, ਇੱਕ ਐਮੋਸ਼ਨਲ ਜਜ਼ਬਾਤੀ ਰੁਝਾਨ ਕ੍ਰੀਏਟ ਹੋ ਜਾਂਦਾ, ਫਿਰ ਤੁਹਾਡੇ ਕੋਲ ਪਿੱਛੇ ਮੁੜਨ ਦਾ ਰਸਤਾ ਨਹੀਂ ਹੁੰਦਾ। ਸੋ ਮੈਂ ਕਿਹਾ ਵੀ ਬਜਾਏ ਅਸੀਂ ਆਪਣੀ ਐਨਰਜੀ ਇਸ ਗੱਲ 'ਤੇ ਵੇਸਟ ਕਰੀਏ ਔਰ ਭਾਈ ਗੁਰਬਖਸ਼ ਸਿੰਘ ਦੇ ਸਿਦਕ ਔਰ ਦ੍ਰਿੜਤਾ ਨੂੰ ਕਮਜ਼ੋਰ ਕਰੀਏ, ਅਸੀਂ ਇਸ ਲਾਈਨ 'ਤੇ ਕਿਉਂ ਨਹੀਂ ਸੋਚਦੇ ਵੀ ਲੱਖ ਸਿੱਖ ਆ ਕੇ ਬੈਠ ਜਾਏ ਆਮ ਸਾਹਿਬ ਮੋਹਾਲੀ, ਕਰੋ ਕੋਸ਼ਿਸ਼ ਪੰਜਾਬ ਸਾਰਾ ਆ ਕੇ ਆ ਜਾਏ, ਲਿਆਉਣਗੇ ਕਿੰਨੇ ਜ਼ਿਲ੍ਹਿਆਂ ਦੀ ਪੁਲਿਸ ਲਿਆਉਣਗੇ, ਸਾਰੇ ਪੰਜਾਬ ਦੇ ਵਿੱਚ 60,000-70,000 ਯੂਨੀਫਾਰਮ ਪੁਲਿਸ, ਮੈਂ ਉਹਨਾਂ ਨੂੰ ਕਹੋ ਲਿਆਓ ਸਾਰੇ ਪੰਜਾਬ ਦੀ ਪੁਲਿਸ। ਜਦੋਂ ਲੋਕ ਖਲੋ ਜਾਂਦੇ ਨੇ ਫਿਰ ਉਹੀ ਜਿਹੜੇ ਅੱਜ ਉਹਨਾਂ ਨੂੰ ਲੱਗਦਾ ਜੀ ਬਾਹਰਲੀਆਂ ਸਟੇਟਾਂ ਜੀ ਪਹਿਲਾਂ ਉਹ ਕਲੀਅਰੈਂਸ ਹੋਏ, ਇੰਟੈਲੀਜੈਂਸ ਕਲੀਅਰੈਂਸ ਹੋਏ, ਸਾਰੇ ਦੇ ਸਾਰੇ ਬਾਹਰ ਆ ਜਾਣਗੇ ਜੀ। ਸੋ ਮੈਂ ਸਮਝਦਾ ਵੀ ਅਸੀਂ ਵੀ ਕਈ ਵਾਰੀ ਐਵੇਂ ਸੇਫ ਜਿਹਾ ਰਸਤਾ ਲੱਭਦੇ, ਕੋਈ ਉੱਥੇ ਹੱਥ ਹਿਲਾਉਣਾ ਨਹੀਂ ਚਾਹੁੰਦਾ, ਆਪਣੇ ਗੱਲ 'ਚ ਕੋਈ ਗੱਲ ਪਾਉਣਾ ਨਹੀਂ ਚਾਹੁੰਦਾ, ਅਤੇ ਇਸ ਕਿਸਮ ਦੇ ਜਿਹੜੇ ਨੇ ਉਹ ਪਾਰਟ ਕਰ ਰਹੇ ਨੇ। ਸੋ ਅਸੀਂ ਇਸ ਵਿਚਾਰ ਦੇ ਹਾਮੀ ਹੈ ਕਿ ਕੌਮ ਉੱਠ ਖਲੋਏ, ਕੌਮ ਦੇ ਵਿੱਚ ਜੇ ਸਟਰੈਂਥ ਹੋਏਗੀ
ਤੇ ਜੇ ਬਲੈਕ ਵਾਰੰਟ ਦੋ ਵਾਰ ਜਾਰੀ ਕੀਤੇ ਰਾਜੋਆਣੇ ਦੇ ਵਾਪਸ ਹੋ ਸਕਦੇ ਨੇ ਤੇ ਫਿਰ ਇਹ 6 ਕੈਦੀ ਵੀ ਬਾਹਰ ਆ ਸਕਦੇ ਨੇ ਔਰ ਭਾਈ ਗੁਰਬਖਸ਼ ਸਿੰਘ ਜਿਹੜੇ ਨੇ ਉਹਨਾਂ ਨੂੰ ਵੀ ਜਿਹੜਾ ਹੈ ਇਸ ਵਰਤ ਤੋਂ ਨਿਕਲ ਕੇ ਉਹ ਪੰਥ ਨੂੰ ਅਗਵਾਈ ਦੇ ਸਕਦੇ ਨੇ ਸੋ ਅਸੀਂ ਇਹ ਸਮਝਦੇ ਹਾਂ ਕਿ ਇਸ ਵੇਲੇ ਸਾਡਾ ਇਹ ਫਰਜ਼ ਬਣਦਾ ਹੈ ਕਿ ਅਸੀਂ ਪੰਜਾਬ ਵਿਚਲੇ ਜਾਂ ਈਵਨ ਗੁਆਂਢੀ ਸੂਬਿਆਂ 'ਚ ਵੀ ਜਿਹੜੇ ਸਾਡੇ ਰਿਸ਼ਤੇਦਾਰ ਨੇ ਜਾਣੂ ਨੇ ਮਿੱਤਰ ਜਨ ਨੇ ਪਿਆਰੇ ਜਨ ਨੇ ਉਹਨਾਂ ਸਾਰਿਆਂ ਨੂੰ ਕਾਲਾਂ ਕਰੀਏ ਇਸ ਗੱਲ ਨੂੰ ਯਕੀਨੀ ਬਣਾਈਏ ਕਿ ਉਹਨਾਂ ਦੇ ਕੋਲ ਜਿੱਥੇ ਹੁਣ ਰੋਜ਼ਾਨਾ ਜਿਹੜੀ ਇੱਕ ਅੰਦਾਜ਼ੇ ਮੁਤਾਬਕ 4-5 ਹਜ਼ਾਰ ਸਿੱਖ ਸੰਗਤਾਂ ਦੇ ਲਈ ਲੰਗਰ ਬਣਦਾ ਪੱਕਦਾ ਹੈ ਸੋ ਸਿੱਖ ਸੰਗਤਾਂ ਦੀ ਆਮਦ ਜਾਰੀ ਹੈ ਪਰ ਇੰਨੇ ਨੰਬਰ ਨਾਲ ਗੱਲ ਨਹੀਂ ਬਣਨੀ ਹੈ ਪੂਰੀ ਸਟਰੈਂਥ ਉੱਥੇ ਸ਼ੋਅ ਕਰਨ ਦੀ ਲੋੜ ਹੈ ਔਰ ਜੇ ਅੱਜ ਬਾਦਲ ਦਾ ਲਾਖ ਨਾਲ ਬੰਨਿਆ ਮੂੰਹ ਜਿਹੜਾ ਖੁੱਲ੍ਹਿਆ ਤਾਂ ਉਹਦਾ ਰੀਜ਼ਨ ਇਹੀ ਹੈ ਕਿ ਜਿਹੜੀ ਆਲੇ ਦੁਆਲੇ ਉਹਨਾਂ ਨੂੰ ਸੀ ਕਿ ਐਵੇਂ ਬੈਠਾ ਉੱਠ ਜਾਏਗਾ ਲੇਕਿਨ ਜੇ ਹੁਣ ਇੱਕ ਮੋਮੈਂਟਮ ਬਣੀ ਹੈ ਤਾਂ ਇਸ ਨੂੰ ਕਿਸੇ ਕੰਢੇ ਲਾਈਏ ਸਿਰੇ ਲਾਈਏ ਦੋ ਵੇਲੇ ਅਰਦਾਸ ਕਰੀਏ ਗੁਰੂ ਚਰਨਾਂ 'ਚ ਉਹਨਾਂ ਦੀ ਚੜ੍ਹਦੀ ਕਲਾ ਲਈ ਪਰ ਅਸਲੀ ਗੱਲ ਔਨ ਦਾ ਗਰਾਊਂਡ ਤੁਸੀਂ ਜਦੋਂ ਤੱਕ ਸਟਰੈਂਥ ਨਹੀਂ ਦਿਖਾਉਂਦੇ ਜਿਵੇਂ ਇੱਕ ਸਧਾਰਨ ਇੱਕ ਲੋਕ ਅਖਾਣ ਹੈ ਕਿ ਦੁਨੀਆ ਝੁਕਦੀ ਹੈ ਜੇ ਕੋਈ ਝੁਕਾਉਣ ਵਾਲਾ ਹੋਏ ਸੋ ਜੇ ਪੰਥ ਇਕੱਠਾ ਹੋ ਜਾਏ ਉਸ ਦੀ ਤਾਕਤ ਉੱਥੇ ਜ਼ਾਹਰ ਹੋਏ ਇਹ 6 ਨਹੀਂ ਜਿੰਨੇ ਕੈਦੀ ਨੇ ਸਾਰੇ ਬਾਹਰ ਹੋਣਗੇ ਅਤੇ ਜੇ ਇਵੇਂ ਦੀਆਂ ਹੀ ਗੱਲਾਂ ਰਹੀਆਂ ਕਿ ਵੀ ਵੜਵੇ ਜੀਆ ਨਿਕਲਵੇ ਜੀਆ ਨਾ ਉਹਨਾਂ ਨੂੰ ਖਲੋਣ ਦੇਣਾ ਨਾ ਆਪ ਕੁਛ ਕਰਨਾ ਫਿਰ ਮੇਰਾ ਜਿਹੜਾ ਪਹਿਲਾ ਫੀਅਰ ਹੈ ਮੈਂ ਅਜੇ ਵੀ ਉਸ ਫੀਅਰ 'ਚੋਂ ਨਿਕਲਿਆ ਨਹੀਂ ਹੈ ਕਿ ਫਿਰ ਜਿਹੜਾ ਭਾਈ ਗੁਰਬਖਸ਼ ਸਿੰਘ ਹੋਰਾਂ ਦੇ ਸਾਰੀ ਜਿਹੜੀ ਇਹ ਐਫਰਟ ਹੈ ਉਹਨਾਂ ਦੀ ਇਹ ਜ਼ਿੰਦਗੀ ਹੈ ਇਹ ਦਰਸ਼ਨ ਸਿੰਘ ਫੇਰੂਮਾਨ ਵਾਲੀ ਲਾਈਨ 'ਤੇ ਚਲੀ ਜਾਏਗੀ ਸੋ ਗੁਰੂ ਰਹਿਮਤ ਕਰਨ ਪੰਥ ਨੂੰ ਇਸ ਮੋਰਚੇ 'ਚੋਂ ਵਿਕਟਰੀ ਦੇਣ ਜਿਵੇਂ ਕਿ ਨਰਿੰਦਰ ਮੋਦੀ ਦੀ ਰੈਲੀ ਦਾ ਕੈਂਸਲ ਹੋਣਾ ਇੱਕ ਵਿਕਟਰੀ ਹੈ ਆਉਣ ਵਾਲੇ ਦਿਨਾਂ 'ਚ ਅਸੀਂ ਇਸ ਵਿਕਟਰੀ ਨੂੰ ਸੈਲੀਬ੍ਰੇਟ ਕਰ ਸਕੀਏ ਨਾ ਕਿ ਅਸੀਂ ਕੋਈ ਕਮਜ਼ੋਰ ਪਲਾਂ ਦੀ ਗੱਲ ਕਰੀਏ ਸੋ ਮੈਂ ਸਮਝਦਾ ਸੀ ਵੀ ਇਸ 'ਤੇ ਵਿਚਾਰ ਕਰਨੀ ਜ਼ਰੂਰੀ ਹੈ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਅੱਜ ਦਾ ਅਹਿਮ ਮੁੱਦਾ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਇਸ ਦੇ ਨਾਲ ਲੈਂਦੇ ਹਾਂ ਬ੍ਰੇਕ ਵਿਊਅਰਸ ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ